हाँ जी सर, जिहड़ा ये लड़कियां दा मसला होया, लड़कियां फकड़ियां ने, इहदे संबंध विच की मसला की है सर? ये लड़कियां हैगियां जी, विदेशी है जी, रशियन कहिंदे जिन्हां नूं जी, ते लोकल कॉन्टैक्ट च आ के मतलब प्रोस्टीट्यूशन दे धंधे दे विच वध कमाई दे लालच विच जी, ਇੱਥੇ ਆਪਣੇ ਲੋਕ ਲੁਧਿਆਣੇ ਅਤੇ ਥੋੜ੍ਹਾ ਬਹੁਤ ਆਸੇ ਪਾਸੇ ਦੇ ਸ਼ਹਿਰਾਂ 'ਚ ਜਲਦੀ ਜੀ। ਨਾਲ ਸਰ ਕੋਈ ਲੜਕੇ ਵੀ ਪਕੜੇ ਗਏ ਨੇ ਇਹਨਾਂ ਦੇ ਨਾਲ? ਹਾਂਜੀ ਹਾਂਜੀ, ਲੜਕੇ ਵੀ ਪਕੜੇ ਆ। ਕਿੰਨੇ ਸਰ? ਫਿਲਹਾਲ ਸਾਨੂੰ 2 ਮਿਲੇ ਜੀ, ਬਾਕੀ 2-3 ਤਲਾਸ਼ ਹੋ ਜਾਵੇ। ਕੋਈ ਟਿਕਾਣਾ ਸੀਗਾ ਕਿ ਕੰਟੈਕਟ ਬੇਸ 'ਤੇ ਸੀਗਾ? ਮੋਬਾਈਲ ਕੰਟੈਕਟ ਸੀਗਾ, ਕੰਟੈਕਟ ਬੇਸ 'ਤੇ ਵੀ ਆ ਅਤੇ ਟਿਕਾਣੇ ਵੀ ਕੀਤੇ ਸੀਗਾ, ਉੱਥੋਂ ਵੀ ਮਿਲੇ। ਹਜੇ ਹੋਰ ਵੀ ਆਸ ਆ ਜੀ, ਹੋ ਸਕਦਾ ਕਿ ਉਹਨਾਂ ਟਿਕਾਣਿਆਂ 'ਤੇ? ਇਨਵੈਸਟੀਗੇਸ਼ਨ ਅਜੇ ਤਾਂ ਸ਼ੁਰੂ ਹੋਈ ਹੈ ਜੀ। ਕਿੰਨੀਆਂ ਲੜਕੀਆਂ ਕਿੰਨੀਆਂ ਨੇ ਜੀ? 4 ਜੀ। ਸਰ ਕਿੱਥੋਂ ਫੜੀਆਂ ਗਈਆਂ ਜੀ ਇਹ? ਲੁਧਿਆਣੇ ਦੇ ਵਿੱਚ ਲੋਕਲ। ਅੱਛਾ, ਅਲੱਗ ਅਲੱਗ ਟਿਕਟ ਹੈ? ਹਾਂਜੀ ਹੈਗੇ, ਰਸ਼ੀਅਨ ਨੇ ਸਾਰੀਆਂ ਹੈ ਜੀ, ਬਾਹਰ 3 ਰਸ਼ੀਅਨ ਹੈ ਜੀ, 1 ਹੋਰ। ਸਰ ਪ੍ਰੋਪਰ ਕਿਹੜੀ ਕੰਟਰੀ ਦੀਆਂ ਨੇ? ਉਜ਼ਬੇਕਿਸਤਾਨ। ਉਜ਼ਬੇਕਿਸਤਾਨ, ਕਿੰਨੇ ਟਾਈਮ ਤੋਂ ਸਰ ਇੱਥੇ ਆ ਰਹੀ ਹੈ? ਕਿਹੜੇ ਵੀਜ਼ੇ ਤੇ ਆ ਰਹੀਆਂ ਨੇ? ਟੂਰਿਸਟ ਤੇ ਨੇ ਜਾਂ ਕੋਈ? ਟੂਰਿਸਟ ਵੀਜ਼ਾ ਹੀ ਹੁੰਦਾ ਇਹਨਾਂ ਦਾ, 2-3 ਮਹੀਨੇ ਟੂਰਿਸਟ ਵੀਜ਼ੇ ਤੇ ਆ ਰਹੀਆਂ ਨੇ। ਬਾਕੀ ਹੋਰ ਡੁੰਗਾਈ ਚਸ ਕਰਾਂਗੇ। ਠੀਕ ਹੈ ਸਰ, ਧੰਨਵਾਦ। Subscribe to our YouTube channel News DNN by clicking the bell icon. Don't forget to like, comment and share.